ਏਸੀ ਨਾ ਕੱਢਿਆ ਵਿੱਚ ਪਿੱਛੇ ਜੋ ਮਾੜਾ ਜਿਹਾ ਕੈਮਰੇ ਵਾਸਤੇ ਤੇ ਜਣਾ ਕਰ ਦੋ ਆ ਦੇਖ ਲੋ ਪੁਲਿਸ ਜਿਹੜਾ ਫਤਿਹ ਫਤਿਹ ਦਾ ਕਾਤਲ ਇਹਨਾਂ ਜ਼ਾਲਮਾਂ ਨੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਇਹਦੇ ਨਾਲ ਢੰਗ ਹੁੰਦਾ ਬੋਲਣ ਦਾ ਫਤਿਹਵੀਰ ਨੂੰ ਕਾਫੀ ਦਿਨ ਤੋਂ ਬਾਅਦ ਰੈਸਕਿਊ ਪੇਸ਼ਨ ਦੇ ਰਹੀ ਬਾਹਰ ਕੱਢ ਲਿਆ ਗਿਆ। ਸਾਡੇ ਨਾਲ ਅਜਿਹਾ ਸ਼ਖਸ ਮੌਜੂਦ ਹੈ ਜੋ ਦਾਅਵਾ ਕਰ ਰਿਹਾ ਕਿ ਫਤਿਹਵੀਰ ਨੂੰ ਇੱਕ ਕੁੰਡੀ ਦੇ ਜ਼ਰੀਏ ਬਾਹਰ ਕੱਢਿਆ। ਉਹ ਗੱਲਬਾਤ ਉਹਨਾਂ ਨਾਲ ਕਰਦੇ ਆ, ਇਹ ਇੰਸਟਰੂਮੈਂਟ ਵੀ ਨਾਲ ਚੱਕੀ ਫਿਰਦੇ ਨੇ। ਕੀ ਨਾਮ ਹੈ ਤੁਹਾਡਾ? ਸਤਨਾਮ ਸਿੰਘ ਜੀ। ਕੀ ਗੱਲਬਾਤ ਹੋਈ ਸੀ ਤੇ ਆਹ ਜੋ ਤੁਸੀਂ ਚੱਕੀ ਫਿਰਦੇ, ਤੁਸੀਂ ਦਾਅਵਾ ਕਰ ਰਹੇ ਹੋ ਤੇ ਕੀ ਹੈ ਪੂਰਾ ਮਾਮਲਾ? ਇਹ ਵੀਰ ਜੀ ਸਾਨੂੰ 5 ਦਿਨ ਹੋ ਗਏ ਜੀ ਲਗਾਤਾਰ ਉੱਥੀ ਬੈਠੇ ਹਾਂ ਅਸੀਂ, ਠੀਕ ਹੈ। ਪੈਂਪਾਂ ਰਾਹੀਂ ਜਿਹੜਾ ਇਹ ਭੜੋਲੀ ਪਾਈ ਸੀ, ਭੜੋਲੀ ਰਾਹੀਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਪੈਂਪ ਕਿਹੜੀ ਹੈ, ਕਿਹੜੀ ਪੈਂਪ 'ਚ ਹੈ ਬੱਚਾ, ਠੀਕ ਹੈ। ਕੋਈ ਕਿਹਾ ਕਰੇ 2 ਪੈਂਪਾਂ ਨੇ, ਕੋਈ ਕਿਹਾ ਕਰੇ 3 ਪੈਂਪਾਂ ਨੇ ਜੀ। ਉਦੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਹੁਣ ਸਾਡੇ ਤੋਂ ਕੋਈ ਹੱਲ ਹੀ ਨਹੀਂ ਹੈਗਾ ਇਹਦਾ, ਸਾਰੇ ਕਹਿੰਦਾ ਪ੍ਰਸ਼ਾਸਨ ਬਹਿ ਗਿਆ ਜਦੋਂ, ਉਦੋਂ ਬਾਅਦ ਜੀ ਇਹ ਇੱਕ ਆਪਣਾ ਜਿਹੜੀ ਇਹ ਕੁੰਟੀ ਬਣਾਈ ਗਈ ਹੈ ਜੀ, ਇਹਦੇ ਨਾਲ ਜਵਾਕ ਨੂੰ ਕਹਿੰਦਾ ਮਤਲਬ ਇਹਦੇ ਨਾਲ ਵੱਟੇ ਦੇ ਕੇ, ਏਦਾਂ ਵੱਟੇ ਦੇ ਕੇ ਉਹੀ ਪੈਂਪ ਦੇ ਵਿੱਚੋਂ ਕੱਢਿਆ ਗਿਆ ਜੀ, ਜਿਹੜੇ ਵਿੱਚ ਦੀ ਡਿੱਗਿਆ ਸੀ ਉਹੀ ਪੈਂਪ ਦੇ ਵਿੱਚ ਕੱਢਿਆ ਗਿਆ ਜੀ। ਦੇਖੋ ਜਵਾਕ ਜਦੋਂ ਨਿਕਲਿਆ ਬਹੁਤ ਜ਼ਿਆਦਾ ਸਮੈਲ ਮਾਰ ਰਹੀ ਸੀ, ਜਵਾਬ ਚ ਕੁਛ ਨੀ ਹੈਗਾ ਜੀ। ਉਹ ਤਾਂ ਹੁਣ ਵੀ ਮਾਰ ਰਹੀ ਹੈ ਬਾਈ, ਬਹੁਤ ਬੰਦੇ ਕੁਛ ਨਹੀਂ ਹੈਗਾ। ਉਹ ਤਾਂ ਵੈਸੇ ਝੁੱਠੇ ਦਲਾਸੇ ਸਾਨੂੰ ਕਿ ਹਾਂ ਠੀਕ ਹੈ, ਕਿ ਜੇ ਏਦਾਂ ਹੀ ਕੱਢਣਾ ਤੀ, ਮਾਰ ਕੇ ਕੱਢਣਾ ਤੀ, ਫਿਰ ਉਦੋਂ ਹੀ ਕੱਢ ਲਾਂਦੇ ਜੀ। ਪ੍ਰਸ਼ਾਸਨ ਦਾਅਵਾ ਕਰਦਾ ਸੀ ਕਿ ਸੇਫ ਵੇ ਦੇ ਨਾਲ ਫਤਿਹਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ, ਪਰ ਹੁਣ ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ ਬਹੁਤ ਵੱਡਾ ਇਲਜ਼ਾਮ ਹੈ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਅਸੀਂ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ, ਡੀਸੀ ਸਾਡਾ ਉਰੇ ਸਸਪੈਂਡ ਕੀਤਾ ਜਾਵੇ, ਜਿਹੜਾ ਸਾਡੇ ਡੀਸੀ ਪ੍ਰਸ਼ਾਸਨ ਤੇ ਪੱਜ ਤੱਕ ਹੋਵੇ, ਜਿਹੜਾ ਪ੍ਰਸ਼ਾਸਨ ਹੈ ਇੱਥੇ ਸਾਡਾ। ਆਇਓ ਬਾਈ ਮਾੜਾ ਜਿਹਾ ਰੱਖ ਕੇ ਮੈਨੂੰ ਜੀ ਵਿਰਕ ਨਾਮ ਹੈ ਜੀ ਮੇਰਾ, ਲਖਬੀਰ ਵਾਲਾ ਪਿੰਡ ਹੈ ਜੀ ਮੇਰਾ। ਅਸੀਂ ਇਹ ਚਾਹੁੰਦੇ ਹਾਂ ਕਿ ਜੋ ਇਹ ਬੱਚਿਆਂ ਦੇ ਕਾਤਲ ਨੇ, ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ, ਉਹਨਾਂ ਉੱਤੇ ਪਰਚੇ ਦਰਜ ਹੋਣ, ਕਿਉਂਕਿ ਉਹਨਾਂ ਦੀ ਅਣਗਹਿਲੀਆਂ ਦੇ ਕਰਕੇ ਸਾਰਾ ਕੁਛ ਜਿਹੜਾ ਬੱਚਾ ਸੀ ਇਹ ਜਿਉਂਦਾ ਨਿਕਲ ਸਕਦਾ ਸੀ ਆਰਾਮ ਨਾਲ, ਪਰ ਇੱਥੋਂ ਦੇ ਪ੍ਰਸ਼ਾਸਨ ਦੀਆਂ ਗਲਤੀਆਂ ਦੇ ਕਰਕੇ ਇਹ ਬੱਚਾ ਇੱਥੋਂ ਨਿਕਲ ਨਹੀਂ ਸਕਿਆ ਹੈਗਾ। ਇੰਨਾ ਦਿਨ ਮੌਤ ਦੇ ਜ਼ਿੰਦਗੀ ਨਾਲ ਜੂਝਦਾ ਰਿਹਾ। ਸੋ ਵੱਡਾ ਇਲਜ਼ਾਮ ਲਗਾ ਰਹੇ ਨੇ ਕਿ ਪ੍ਰਸ਼ਾਸਨ ਨੇ ਜੇਕਰ ਇਸ ਬੱਚੇ ਨੂੰ ਇਸ ਕੁੰਡੀ ਦੇ ਜ਼ਰੀਏ ਬਾਹਰ ਕੱਢਣਾ ਸੀ ਤਾਂ ਪਹਿਲੇ ਦਿਨ ਹੀ ਬਾਹਰ ਕੱਢਿਆ ਜਾ ਸਕਦਾ ਸੀ, ਕਿਉਂਕਿ ਪਹਿਲੇ ਦਿਨ ਕੁਝ ਘੰਟਿਆਂ ਦੇ ਵਿੱਚ ਜੋ ਫਤਿਹਵੀਰ ਦੀ ਜੋ ਮੂਵਮੈਂਟ ਸੀਸੀਟੀਵੀ ਦੇ ਵਿੱਚ ਦਰਜ ਹੋਈ ਸੀ। ਸੋ ਕਈ ਤਰ੍ਹਾਂ ਦੇ ਪ੍ਰਸ਼ਾਸਨਿਕ ਕਾਰਗਜ਼ਾਰੀ ਤੇ ਵੱਡੇ ਸਵਾਲ ਪੈਦਾ ਕਰ ਰਿਹਾ। ਸੋ ਹੁਣ ਦੇਖਣਾ ਹੋਗਾ ਕਿਸ ਤਰ੍ਹਾਂ ਦੀ ਪ੍ਰਸ਼ਾਸਨਿਕ ਗਾਸ ਗਿਰਦੀ ਹੈ ਤੇ ਕਿੰਨਾ ਅਫਸਰਾਂ ਤੇ ਕਾਰਵਾਈ ਹੁੰਦੀ ਹੈ। ਉਹ ਤਾਂ ਉਹਨਾਂ ਦੇ ਸਾਰੇ ਫੇਲ ਨਿਕਲ ਗਏ, ਸਾਰੇ ਬਿਲਕੁਲ ਫੇਲ ਹੋ ਗਏ, ਆਮ ਲੋਕਾਂ ਨੇ ਕੱਢਿਆ। ਸਰਕਾਰ ਮੁਰਦਾਬਾਦ, ਮੁਰਦਾਬਾਦ, ਸਰਕਾਰ ਮੁਰਦਾਬਾਦ, 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 ਕੈਪਟਨ ਸਰਕਾਰ ਮੁਰਦਾਬਾਦ, 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 ਕੈਪਟਨ ਮਾਮਾ ਮਰ ਗਿਆ, ਮਰ ਗਿਆ, ਮਰ ਗਿਆ, ਮਰ ਗਿਆ, ਕਾਂਗਰਸ ਦੇ ਮਰੂਤਾ ਅਧਿਕਾਰੀ ਮੁਰਦਾਬਾਦ, 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 ਕਾਂਗਰਸ ਸਰਕਾਰ ਮੁਰਦਾਬਾਦ, 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 ਕਾਂਗਰਸ ਸਰਕਾਰ ਮੁਰਦਾਬਾਦ, 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 ਕਾਂਗਰਸ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕੀ ਨਾਮ ਹੈ ਤੁਹਾਡਾ? ਕਿਹੜੇ ਪਿੰਡ ਤੋਂ? ਤੁਹਾਡੇ ਸਾਹਮਣੇ ਕੀ ਆ ਦੇਖ ਲੋ ਮੂਹਰੋਂ ਕਿੰਨੀ ਤਿੱਖੀ ਚੀਜ਼ ਆ ਇਹ, ਇਹਦੇ ਨਾਲ ਬੱਚਾ ਮਾਰ ਰਿਹਾ, ਬੱਚਾ ਇਹਨਾਂ ਨੇ ਕਾਤਲ ਕਰਤਾ। ਪਿਛਲੇ 6 ਦਿਨਾਂ ਤੋਂ ਜਿਹੜਾ ਪ੍ਰਸ਼ਾਸਨ ਹੈ ਉਹ ਬਿਲਕੁਲ ਫੇਲ ਸੀ, ਫੇਲ ਹੋ ਚੁੱਕਿਆ ਸੀ, ਪਰ ਐਂਡ ਤੇ ਆ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਤਿਹਵੀਰ ਹੁਣ ਉਹਦੀ ਡੈਥ ਹੋ ਚੁੱਕੀ ਹੈ, ਦੇਖੋ ਕਿਸ ਅਯਾਰ ਨਾਲ ਇਹਨਾਂ ਜ਼ਾਲਮਾਂ ਨੇ ਉਹਨੂੰ ਬੱਚੇ ਨੂੰ ਬਾਹਰ ਕੱਢਿਆ, ਇਸ ਨਾਲ ਤਾਂ ਪਹਿਲੇ ਦਿਨ ਹੀ ਬਾਹਰ ਕੱਢਿਆ ਜਾ ਸਕਦਾ ਸੀ, ਪਰ ਜਦੋਂ ਪ੍ਰਸ਼ਾਸਨ ਬਿਲਕੁਲ ਫੇਲ ਹੋ ਗਿਆ, ਜਿਹੜੀ ਉਹਦੀ ਕਾਰਵਾਈ ਸੀ ਨਲਾਇਕੀਆਂ ਦੇ ਕਾਰਨ, ਜਿਹੜਾ ਪ੍ਰਸ਼ਾਸਨ ਜਿਹੜਾ ਨਲਾਇਕ ਸੀ ਸਾਡਾ ਉਹ ਬਿਲਕੁਲ ਫੇਲ ਹੋ ਗਿਆ, ਜਦੋਂ ਅੰਤ ਤੇ ਆ ਕੇ ਇੱਕ ਆਮ ਇਨਸਾਨ ਤੋਂ ਇਸ ਉਜਾਰ ਦੇ ਨਾਲ ਫਤਿਹ ਨੂੰ ਕਢਵਾਇਆ, ਫਤਿਹ ਦੀ ਲਾਸ਼ ਨੂੰ ਕਢਵਾਇਆ। ਇਸ ਕਰਕੇ ਇੱਥੋਂ ਦਾ ਜਿਹੜਾ ਸਾਡਾ ਡੀਸੀ ਹੈ ਤੇ ਇੱਥੋਂ ਦਾ ਜ਼ਿਲ੍ਹਾ
ਪ੍ਰਸ਼ਾਸਨ ਹੈ ਤੇ ਐਸਡੀਐਮ ਹੈ ਸਾਰਿਆਂ ਨੂੰ। ਜੇ ਕਾਂਗਰਸ ਸਰਕਾਰ ਦੇ ਵਿੱਚ ਕੁਛ ਹੈਗਾ ਫਤਿਹ ਲਈ ਹਮਦਰਦੀ ਹੈ, ਵੈਸੇ ਤਾਂ ਹੈ ਨਹੀਂ ਸਾਨੂੰ ਪਤਾ, ਪਰ ਫਿਰ ਵੀ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਕਿ ਫਤਿਹ ਦੇ ਕਾਤਲ ਨੇ। ਪੂਰੀ ਕਾਂਗਰਸ ਸਰਕਾਰ ਹੀ ਫਤਿਹ ਦੀ ਕਾਤਲ ਹੈ। ਇੱਕ ਮਾਸੂਮ ਬੱਚਾ ਇਹਨਾਂ ਨੇ 6 ਦਿਨਾਂ ਦੇ ਵਿੱਚ ਮਾਰਤਾ ਤੇ ਜਿਉਂਦੇ ਦਾ ਕਾਤਲ ਕਰਤਾ ਤੇ ਅੱਜ ਉਹਨੂੰ ਸਵੇਰੇ ਇਸ ਔਜ਼ਾਰ ਦੇ ਨਾਲ ਫਾਂਸੀ ਦਿੱਤੀ ਗਈ ਹੈ, ਜਿਉਂਦੇ ਜੀ ਨੂੰ ਫਾਂਸੀ ਦਿੱਤੀ ਗਈ ਹੈ। ਇੰਨੇ ਜ਼ਾਲਮ ਹੋ ਗਏ ਕਿ ਇੱਕ ਜਿਉਂਦੇ ਬੱਚਿਆਂ ਨੂੰ ਇਹਨਾਂ ਕੁੰਡੀਆਂ ਦੇ ਨਾਲ ਕੱਢ ਰਹੇ ਨੇ। ਸਾਡੀ ਟੈਕਨੋਲੋਜੀ ਕਿੱਥੇ ਗਈ? ਦੇਖੋ ਇੱਕ ਜਿਉਂਦੇ ਬੱਚੇ ਨੂੰ ਇਹਨਾਂ ਨੇ ਇਸ ਨਾਲ ਕੱਢਿਆ ਕਿ ਇਹਦੇ ਨਾਲ ਕੋਈ ਬੱਚਾ ਬਚ ਸਕਦਾ? 6 ਦਿਨ ਪਹਿਲਾਂ ਇਹ ਡਰਾਮੇ ਕਰਦੇ ਰਹੇ, ਪ੍ਰਸ਼ਾਸਨ ਕਦੇ ਸੁਰੰਗਾ ਪੱਟ ਲਿਆ ਕਰੇ, ਕਦੇ ਗਲਤ ਲੈ ਜਾ ਕਰੇ। ਕਿ ਇਹੀ ਟੈਕਨੋਲੋਜੀ ਹੈ ਇਹਨਾਂ ਕੋਲ? ਜੇਕਰ ਇਹਨਾਂ ਦੇ ਆਪਦੇ ਪੁੱਤ ਡਿੱਗੇ ਹੁੰਦੇ ਮੰਤਰੀਆਂ ਦੇ ਤਾਂ ਇਹਨਾਂ ਔਜ਼ਾਰਾਂ ਨਾਲ ਕੱਢਦੇ? ਸੋਚਣ ਵਾਲੀਆਂ ਗੱਲਾਂ ਨੇ। ਜੇ ਇਹਨਾਂ ਨੂੰ ਮੰਤਰੀਆਂ ਨੂੰ ਤੁਸੀਂ ਸਬਕ ਸਿਖਾਉਣਾ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਸਨਾਮ ITI ਦੇ ਵਿੱਚ ਜਿਹੜਾ ਸਾਡਾ ਧਰਨਾ ਉਹ ਨਿਰੰਤਰ ਜਾਰੀ ਰਹੂਗਾ। ਆਓ ਜਿਹੜੇ ਸਾਡੇ ਹਲਕੇ ਦੇ ਜਾਂ ਪੰਜਾਬ ਦੇ ਹਮਦਰਦੀ ਵੀਰ ਨੇ ਫਤਿਹ ਲਈ ਹਮਦਰਦੀ ਰੱਖਦੇ ਨੇ ਤਾਂ ਸਾਰੇ ਸਨਾਮ ITI ਦੇ ਵਿੱਚ ਆ ਕੇ ਸਾਡਾ ਸਾਥ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ।